मैं बोनों नूं पछाणिया कोई नहीं गा सानू फिर इन्हें मैनू ना जो गेट खड़काया मैं गई हाँ मैं जो गेट जाके बारी खोली आ मैं कहते माता बिंदरू कित्थे आ मैं बेटे उ मैं की काम आ कहते साडा कबूतर आया इत्थे कल चल मैं भी कोई गल नहीं बेटे भी हजे वो चाह पींदा कहिंदा आंटी हुणे भेजी चल मैं अंदर आके उन्हूं कहता चल कहिंदा मम्मी मैं जाना वो जावड़िया उदो अंदर वक्त बार देने उन्हें लेर भी मारी है कहिंदा हाय मार दे मैनू बस जे बारी पेड़ दे मार दे ਜਦੋਂ ਮੈਂ ਚੱਲ ਜਾ ਕੇ ਉਹਨੂੰ ਬੇਟੇ ਨੂੰ ਕਹੂੰਗਾ ਬਈ ਬਹੁਤ ਤੈਨੂੰ ਮੁੰਡੇ ਕਬੂਤਰਾਂ ਹੈ ਬਹੁਤ ਜਿਹੜਾ ਉਹ ਸੀਗੇ ਮੁੰਡਾ ਇੱਕ ਮੋਟਰਸਾਈਕਲ ਤੇ ਫਿਰ ਸਟਾਰਟ ਹੀ ਰਿਹਾ ਤੇ ਦੂਜਾ ਜਿਹੜਾ ਉੱਪਰ ਗਿਆ ਉਹ ਇੱਥੇ ਹੀ ਖੜਾ ਨਹੀਂ ਉਹ ਤਾਂ ਬੱਲੇ ਫੇਰ ਮੰਨ ਉਹਨਾਂ ਦੇ ਬੰਦਾਂ ਲਈ ਕੋਟ ਪਾਏ ਹੋਏ ਅੱਛਾ ਕੋਟ ਪਾਏ ਹੋਏ ਹਾਂਜੀ ਕੈਟ ਪਾਈ ਕੋਟ ਉਹਦੇ ਹਾਂ ਜਿਹੜੇ ਕੈਟ ਪਾਏ ਜਾਗ ਜਾਗ ਦਾ ਰੰਗ ਜਾਗ ਦਾ ਬੰਦ ਜਾਗ ਨਹੀਂ ਕੋਟ कुछ देखा मुंडा अंदर जाके हाय मेनू मारता उधर मेरिया लेर निकल डैडी अंदर पिया भजया फिर ओ ਅੰਦਰ ਹੁੰਦੇ ਹੁੰਦੇ ਦੇ ਮਾਰ ਕੇ ਉਧਰ ਮੈਂ ਭੱਜ ਕੇ ਖਿੱਚ ਕੇ ਇੱਕ ਮੁੰਡੇ ਨੂੰ ਮੈਂ ਗਾਂ ਲੈ ਗਈ ਮੈਂ ਕਿਹਾ ਮੈਨੂੰ ਆਏ ਨਾ ਹੋਵੇ ਕਿ ਅੰਦਰ ਆ ਕੇ ਨਾ ਮਾਰ ਜਾ ਪੁੱਤ ਮਰਵਾਉਣੇ ਬਹੁਤ ਔਖੇ ਤੇ ਇਹਨੇ ਮੁੰਡੇ ਨੇ ਤੁਹਾਡੇ ਨੇ ਗੇਟ ਬੰਦ ਕਰ ਲਿਆ ਸੀ ਬਾਰੀ ਹਾਂਜੀ ਬਾਰੀ ਭੇੜ ਦੇ ਬਸ ਕਰ ਦਿਆ ਮੈਨੂੰ ਇਹ ਗੱਲ ਦਾ ਇਨਸਾਫ ਮਿਲਣ ਨਾ ਚਾਹੀਦਾ ਮੈਂ ਬਹੁ ਉਹਨਾਂ ਨੂੰ ਪਛਾਣਿਆ ਕੋਈ ਨਹੀਂਗਾ ਸਾਨੂੰ ਬੇਸ ਇੰਨੇ ਮੈਨੂੰ ਨਾ ਜਦੋਂ ਗੇਟ ਖੜਕਾਇਆ ਮੈਨੂੰ ਮੈਂ ਗਈ ਆ ਮੈਂ ਜੋ ਗੇਟ ਜਾ ਕੇ ਬਾਰੀ ਖੋਲੀ ਆ ਮੈਨੂੰ ਕਹਿੰਦੇ ਮਾਤਾ ਬਿੰਦਰੂ ਕਿੱਥੇ ਆ ਮੈਂ ਕਿਹਾ ਬੇਟੇ ਉਹ ਪਿਆ ਮੈਂ ਕੀ ਕੰਮ ਆ ਕਹਿੰਦੇ ਸਾਡਾ ਕਬੂਤਰ ਆਇਆ ਇੱਥੇ ਕੱਲ ਮੈਂ ਕਿਹਾ ਮੈਂ ਹੁਣ ਟਾਈਮ ਤਾਂ ਹੋਆ ਬੇਟੇ ਦੇਖਿਆ ਨਹੀਂ ਕੋਈ ਚੱਲ ਮੈਂ ਕਿਹਾ ਵੀ ਕੋਈ ਗੱਲ ਨਹੀਂ ਬੇਟੇ ਵੀ ਹਜੇ ਉਹ ਚਾਹ ਪੀਂਦਾ ਕਹਿੰਦਾ ਆਂਟੀ ਹੁਣੇ ਭੇਜੀ ਚੱਲ ਮੈਂ ਅੰਦਰ ਆ ਕੇ ਉਹਨੂੰ ਕਹਿਤਾ ਚੱਲ ਕਹਿੰਦਾ ਮੰਮੀ ਮੈਂ ਜਾਣਾ ਉਹ ਜਾਵੜਿਆ ਉਹਦੇ ਨਾਲ ਪਤਾ ਨਹੀਂ ਮੈਨੂੰ ਕੋਈ ਉਹਨਾਂ ਨੇ ਗੱਲ ਕਰੀ ਆ ਕਿ ਨਹੀਂ ਜਦੋਂ ਉਹਨੂੰ ਕੋਈ ਆਪਦਾ ਉਹਨਾਂ ਨੂੰ ਦਿਸਿਆ ਬਿੰਦਰ ਨੂੰ ਵੀ ਆਹ ਗੱਲ ਬਣੂਗੀ ਉਦੋਂ ਅੰਦਰ ਵਰਕ ਬਾਰ ਦੇ ਨੇ ਉਹਨੇ ਲੇਅਰ ਵੀ ਮਾਰੀ ਆ ਕਹਿੰਦਾ ਹਾਏ ਮਾਰ ਗਏ ਮੈਨੂੰ ਬਸ ਜੇ ਬਾਰੀ ਪੇੜ ਦੇ ਮਾਰ ਗਏ ਉਹ ਬਾਕੀ ਗੋਲੀ ਉਹਦੇ ਲੱਤ ਤੇ ਜੀ ਕਿਵੇਂ ਹੁਣ ਹਾਲਤ ਕਿਵੇਂ ਠੀਕ ਨੇ ਹੁਣ ਮੈਂ ਕਿਹੜਾ ਵਿੱਚ ਕੋਲੇ ਆ ਉਹਨਾਂ ਦੇ ਉਹ ਤਾਂ ਜਿਹੜੇ ਨਾਲ ਆ ਉਹਨਾਂ ਨੂੰ ਪਤਾ ਜਾਂ ਹੁਣ ਉਹਨੂੰ ਪਤਾ ਵੀ ਉਹਦੇ ਨਾਲ ਕਿਵੇਂ ਹੋਈ ਆ ਕਿਵੇਂ ਨਹੀਂ ਕੋਈ ਪਹਿਲਾਂ ਵੀ ਧਮਕੀ ਧੁਮਕੀ ਆਈ ਹੋਵੇ ਇਹਨੂੰ ਉਹ ਤਾਂ ਉਹਨੂੰ ਹੀ ਪਤਾ ਵੀ ਜੀ ਉਹ ਮੈਨੂੰ ਕੋਈ ਪਤਾ ਨਹੀਂ ਉਹ ਤਾਂ ਪਤਾ ਲੱਗੂਗਾ ਉਹਦੀ ਕੀ ਮੰਗ ਕਰਦੇ ਹੁੰਦੇ ਮੈਨੂੰ ਇਹ ਗੱਲ ਦਾ ਇਨਸਾਫ ਹੋਣਾ ਚਾਹੀਦਾ ਇਹ ਜਿਹਾ ਨੂੰ ਸਜ਼ਾ ਹੋਣੀ ਚਾਹੀਦੀ ਆ ਕੋਈ नौजवान हरविंदर सिंह सन ऑफ अजैब सिंह जी 32-33 साल की उम्र आ दो नौजवान मोटरसाइकिल मफल फेस न आए तो उन्होंने गोली चलाई तो जी बॉडी के हेठले खब्बी लत दे गोली चली है तो बाकी उन्होंने मुढ़ली सहायता लिए परिवारक मैंबर ने इनू होस्पिटल दाखिल कराता तो असं ये हर पक्ष तो डिगाई ने तफ्तीश कर रहे हैं हालात शांतिपूर्ण ते पुलिस पार्टियां आपो अपना असीं काम कर रहे हैं इस दिशा दे विच सारे एंगलों तों तफ्तीश कर रहे हैं इहदे बारे तां असीं बाद तफ्तीश ही कुछ दस्सिया जा सकदा असीं जिहड़ी दौराने तफ्तीश सारा कुछ विचारांगे।